ਸਵੱਛਤਾ ਸਰਵੇਖਣ 2019 ਚ ਪੰਜਾਬ ਵਿੱਚੋਂ ਤੀਜਾ ਸਥਾਨ ਰੂਪਨਗਰ ਸ਼ਹਿਰ ਨੂੰ ਮਿਲਿਆ ਸੀ। ਇਹ ਮਾਣ ਹਾਸਲ ਕਰਨ ਵਾਲੇ ਇਸ ਸ਼ਹਿਰ ਦੀਆਂ ਹੁਣ ਕੁਝ ਅਜਿਹੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਸ਼ਾਇਦ ਤੁਸੀਂ ਹੈਰਾਨ ਹੋਵੋ। ਇਹ ਜਿਹੜੀਆਂ ਤਸਵੀਰਾਂ ਹੁਣ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ, ਇਹ ਰੂਪਨਗਰ ਨਗਰ ਕੌਂਸਲ ਦੇ ਵਾਰਡ ਨੰਬਰ 1 ਬੜੀ ਹਵੇਲੀ 'ਚ ਸੀਵਰੇਜ ਦੇ ਗੰਦੇ ਪਾਣੀ ਦੀਆਂ ਤਸਵੀਰਾਂ ਨੇ। ਇੱਥੋਂ ਦੇ ਵਸਨੀਕ ਨਰਕ ਦੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨੇ। ਕਰੀਬ 3 ਮਹੀਨਿਆਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਸਮੱਸਿਆ ਦਾ ਜਦ ਹੱਲ ਨਾ ਹੋਇਆ ਤਾਂ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਘੇਰ ਕੇ ਚੰਗੀ ਆਉਪਖਤ ਕੀਤੀ। ਦੁਖੀ ਹੋਏ ਲੋਕਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਲਗਾ ਕੇ ਆਪਣੀ ਭੜਾਸ ਕੱਢੀ। ਗਲੀਆਂ ਤੇ ਘਰਾਂ ਦੇ ਵਿੱਚ ਖੜੇ ਨਾਲਿਆਂ ਦੇ ਇਸ ਗੰਦੇ ਪਾਣੀ ਨੂੰ ਦੇਖ ਕੇ ਪਹਿਲੀ ਨਜ਼ਰ 'ਚ ਤੁਹਾਨੂੰ ਲੱਗਦਾ ਹੋਵੇਗਾ ਕਿ ਇਹ ਤਸਵੀਰਾਂ ਸ਼ਾਇਦ ਪੰਜਾਬ ਦੇ ਕਿਸੇ ਪਿੰਡ ਦੀਆਂ ਨੇ, ਕਿਉਂਕਿ ਪੰਜਾਬ ਦੇ ਪਿੰਡਾਂ ਦਾ ਜ਼ਿਆਦਾਤਰ ਅਜਿਹਾ ਹੀ ਹਾਲ ਵੇਖਣ ਨੂੰ ਮਿਲਦਾ ਹੈ। ਪਰ ਜਨਾਬ, ਇਹ ਤਸਵੀਰਾਂ ਪਿੰਡ ਦੀਆਂ ਨਹੀਂ ਬਲਕਿ ਰੂਪਨਗਰ ਸ਼ਹਿਰ ਦੇ ਵਾਰਡ ਨੰਬਰ 1 ਦੀਆਂ ਨੇ। ਰੂਪਨਗਰ ਸ਼ਹਿਰ ਦੇ ਨਗਰ ਕੌਂਸਲ ਨੂੰ ਸਾਲ 2019 ਵਿੱਚ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਸਵੱਛ ਸਰਵੇਖਣ ਦੌਰਾਨ ਦਿੱਲੀ ਵਿਖੇ ਮਿਨਿਸਟਰੀ ਆਫ ਹਾਊਸਿੰਗ ਅਰਬਨ ਵੱਲੋਂ ਨੌਰਥ ਜ਼ੋਨ ਵਿੱਚੋਂ ਸਵੱਛ ਸਿਟੀ ਅਵਾਰਡ ਦਾ ਸਨਮਾਨ ਪ੍ਰਾਪਤ ਹੋਇਆ ਸੀ। ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਨਗਰ ਕੌਂਸਲ ਰੂਪਨਗਰ ਸਵੱਛ ਸਿਟੀ ਅਵਾਰਡ ਦੇ ਵਿੱਚ ਤੀਜੇ ਸਥਾਨ ਤੇ ਰਿਹਾ ਸੀ। ਪਰ ਇਹ ਤਸਵੀਰਾਂ ਦੇਖ ਤੁਸੀਂ ਹੁਣ ਖੁਦ ਹੀ ਅੰਦਾਜ਼ਾ ਲਗਾ ਲਵੋਗੇ ਕਿ ਸਵੱਛ ਸਿਟੀ ਦਾ ਅਵਾਰਡ ਪ੍ਰਾਪਤ ਕਰਨ ਵਾਲੀ ਨਗਰ ਕੌਂਸਲ ਰੂਪਨਗਰ ਸ਼ਹਿਰ ਨੂੰ ਕਿੰਨਾ ਕੁ ਸਵੱਛ ਰੱਖ ਰਹੀ ਹੈ। ਸਕੂਲ ਵਾਲੇ ਨਿਆਣੇ ਭੁੱਜ ਜਾਂਦੇ, ਕੋਈ ਸਕੂਟਰੀ ਵਿੱਚ ਗਿਰ ਜਾਂਦੀ ਆ, ਭਿੱਜ ਜਾਂਦੇ ਸਾਰੇ। ਕਿਆ ਸਾਡਾ ਪ੍ਰਸ਼ਾਸਨ ਆ, ਪ੍ਰਸ਼ਾਸਨ ਦੀ ਛਾਵਾਂ ਹੇਠ ਹੋ ਰਿਹਾ ਸਭ ਕੁਛ। ਕਿੰਨਾ ਟਾਈਮ ਹੋ ਗਿਆ ਜੀ ਪਾਣੀ ਨੂੰ ਇਹਨੂੰ? ਉਹ 3 ਮਿਨਿਸਟਰੀਆਂ ਲੰਘ ਗਈਆਂ, 2 ਬਾਦਲਾਂ ਦੀ ਲੰਘ ਗਈਆਂ, ਕੈਪਟਨ ਦੀ ਜਾ ਰਹੀ ਆ। ਅੱਛਾ ਜੀ, ਕੋਈ ਸਾਲਾ ਇੱਥੇ ਉਹ ਨਹੀਂ ਕਰ ਰਿਹਾ, ਇੱਥੇ ਇੰਤਜ਼ਾਮ ਪੈ ਨੰਡੇ ਪੈਪ ਪਾ ਕੇ ਛੱਡਤੇ, ਇੱਥੇ ਕੋਈ ਸਾਲੀ ਸਫਾਈ ਨਹੀਂ ਹੋ ਰਹੀ, ਕੁਛ ਨਹੀਂ, ਕਮੇਟੀ ਵਾਲਾ ਕੋਈ ਆਉਂਦਾ ਹੀ ਨਹੀਂ ਇੱਥੇ। ਪਾਣੀ ਗੰਦਾ ਅਸੀਂ ਪੀ ਰਹੇ ਹਾਂ, ਕੋਈ ਪਾਣੀ ਸਾਨੂੰ ਸਾਫ਼ ਪਾਣੀ ਨਹੀਂ ਮਿਲ ਰਿਹਾ। ਜਿੱਦਾਂ ਕਮੇਟੀ 'ਚ ਆਏ ਹਾਂ ਅਸੀਂ, 1989 ਦੇ ਕਮੇਟੀ 'ਚ ਆਏ ਹੋਏ ਅਸੀਂ, ਕੋਈ ਪਾਣੀ ਪੀਣ ਨੂੰ ਨਹੀਂ ਦੇ ਰਹੇ ਸਾਨੂੰ ਇਹ ਕਮੇਟੀ। ਕਾਹਦੀ ਕਮੇਟੀ ਇਹ? ਅਸੀਂ ਤਾਂ ਕਹਿੰਦੇ ਸਾਡਾ ਪਿੰਡ ਇੱਥੇ ਕੱਢੇ ਦੇਵੇ ਕਮੇਟੀ 'ਚੋਂ। ਮੇਰਾ ਨਾਮ ਜਸਵਿੰਦਰ ਸਿੰਘ, ਪਿੰਡ ਬੜੀ ਹਵੇਲੀ ਆ। ਤੇ ਪਿਛਲੇ 3-4 ਮਹੀਨੇ ਤੋਂ ਜਦ ਤੋਂ ਪ੍ਰਸ਼ਾਸਨ ਨੇ ਜਿਹੜੀ ਪਾਈਪ ਲਾਈਨ ਪਾਈ ਆ, ਉਦੋਂ ਤੋਂ ਜਿਹੜਾ ਸੀਵਰੇਜ ਦਾ ਪਾਣੀ ਆ ਇਹ ਸਾਰਾ ਬੈਕ ਮਾਰ ਰਿਹਾ ਹੈ। ਇੰਨੀ ਮਾੜੀ ਹਾਲਤ ਆ ਕਿ ਸਵੇਰ ਦੇ ਟਾਈਮ ਬੰਦਾ ਬਾਥਰੂਮ ਜਾਣੇ ਤੋਂ ਵੀ ਬਹੁਤ ਜ਼ਿਆਦਾ ਆਵਾਜ਼ ਆ ਰਹਾ। 4 ਮਹੀਨੇ ਹੋ ਗਿਆ, ਬਾਕੀ ਤੁਹਾਡੇ ਸਾਹਮਣੇ ਆ, ਪਾਣੀ ਘਰ ਦੇ ਅੰਦਰ ਵੜਿਆ ਵਾ ਹੈ, ਬਿਲਡਿੰਗ ਦੇ ਨਾਲ ਗਲੀ ਦੇ ਵਿੱਚ ਵੀ ਪੂਰਾ ਪਾਣੀ ਭਰਿਆ ਵਾ ਹੈ, ਬਿਲਡਿੰਗ ਗਿਰਨੇ ਦਾ ਖਤਰਾ ਹੈ, ਬਿਮਾਰੀ ਫੈਲਣ ਦਾ ਖਤਰਾ ਹੈ। ਇਸ ਸੰਬੰਧ ਦੇ ਵਿੱਚ EO ਸਾਹਿਬ ਨੂੰ ਵੀ ਕਈ ਵਾਰੀ ਕਹਿ ਦਿੱਤਾ ਗਿਆ ਹੈ, ਪਰ ਉਹਨਾਂ ਵੱਲੋਂ ਮਾੜੀ ਕਾਰਗੁਜ਼ਾਰੀ ਦਿਖਾਈ ਗਈ ਆ, ਕੋਈ ਪੋਸੀਬਿਲਿਟੀ ਨਹੀਂ ਉਹਨਾਂ ਨੇ ਦੱਸਿਆ ਵੀ ਇਹਦਾ ਮਸਲੇ ਦਾ ਹੱਲ ਹੋਊਗਾ ਜਾਂ ਨਹੀਂ ਹੋਊਗਾ। ਮੇਰਾ ਨਾਮ ਜੀ ਕਰਨਜੀਤ ਹੈ। ਸਾਨੂੰ ਪਾਣੀ ਸਮੱਸਿਆ ਬਹੁਤ ਹੈ। ਅੱਛਾ, ਸਾਡੇ ਪੈਰ ਵੀ ਖਰਾਬ ਹੋ ਗਏ, ਥੱਲੇ ਦੇ ਘੁੰਮਦੇ ਵਿੱਚ ਪਾਣੀ ਲੰਘਦੇ ਨੇ, ਸਾਡੇ ਅੰਦਰ ਵਿੱਚ ਪਾਣੀ ਵੜ ਰਿਹਾ, ਸਾਡੇ ਬੱਚੇ ਸਾਰੇ ਸੁਗਰਮਾਨ ਲੰਘਦੇ, ਪੈਰ ਭਿੱਜ ਕੇ ਜਾਂਦੇ। ਕਿਹੜਾ ਪਿੰਡ ਹੈ ਜੀ ਆਪਣਾ? ਬੜੀ ਹਵੇਲੀ। ਹਾਂਜੀ, ਮੇਰਾ ਨਾਮ ਸਤਿੰਦਰ ਸਾਹ ਜੀ, ਨਾਲ ਵਾਲਾ ਘਰ ਹੈ ਸਾਡਾ। ਤੇ ਪਹਿਲੇ ਸਾਰੇ ਜਣੇ ਰਲ ਕੇ DC ਸਾਹਿਬ ਕੋਲ ਗਏ ਸੀ ਜੀ, ਕਮੇਟੀ ਨੂੰ ਵੀ ਦੱਸਿਆ, ਕੋਈ ਹੱਲ ਨਹੀਂ ਨਿਕਲ ਰਿਹਾ ਜੀ ਇਹਦਾ, ਬਹੁਤ ਬੁਰਾ ਹਾਲ ਹੈ ਜੀ, ਪਾਣੀ ਕਦੀ ਵੀ ਨਹੀਂ ਰੁਕਦਾ। ਅੱਛਾ ਜੀ, ਕਿੰਨਾ ਟਾਈਮ ਆਉਂਦਾ ਜੀ ਪਾਣੀ ਨੂੰ? ਪਾਣੀ ਤਾਂ 7:30 ਵਜੇ ਆਉਣ ਦਾ ਟਾਈਮ ਹੈ ਜੀ। ਅੱਛਾ, ਇਹ 7:30 ਵਜੇ ਤੋਂ ਕਈ ਵਾਰ 9 ਵਜੇ, ਕਈ ਵਾਰ 10 ਵਜੇ ਤੱਕ ਚੱਲਦਾ ਹੀ ਰਹਿੰਦਾ, ਕਈ ਵਾਰ 2 ਵਾਰ ਵੀ ਆ ਜਾਂਦਾ ਜੀ। ਅੱਛਾ, ਅੰਦਰ ਪਾਣੀ ਜਾਂਦਾ? ਪਾਣੀ ਤੋਂ ਅੰਦਰ ਬਹੁਤ ਬੁਰਾ ਹਾਲ ਹੈ। ਜਦ ਅਜਿਹੇ ਹਾਲਾਤਾਂ ਸੰਬੰਧੀ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਰਾ ਦੋਸ਼ ਸੀਵਰੇਜ ਬੋਰਡ ਅਤੇ ਸਰਕਾਰ ਤੇ ਭੰਨ ਦਿੱਤਾ। ਪੰਜਾਬ ਸਰਕਾਰ ਨੇ ਪਿੱਛੇ ਗ੍ਰਾਂਟ ਅਨਾਊਂਸ ਕੀਤੀ ਸੀ, ਉਹਦੇ ਵਿੱਚ ਅਸੀਂ 75 ਲੱਖ ਰੁਪਏ ਦਾ ਜਿਹੜਾ ਐਸਟੀਮੇਟ ਹੈ ਉਹ ਇਸ ਕੰਮ ਲਈ ਬਣਾ ਕੇ ਭੇਜਿਆ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਹਾਲੇ ਤੱਕ ਉਹ ਗ੍ਰਾਂਟ ਜਿਹੜੀ ਹੈ ਉਹ ਜਾਰੀ ਨਹੀਂ ਕੀਤੀ। ਜਦੋਂ ਗ੍ਰਾਂਟ ਜਾਰੀ ਹੋ ਜਾਂਦੀ ਹੈ ਉਦੋਂ ਹੀ ਜੋ ਅਸੀਂ ਪ੍ਰਪੋਜ਼ਲ ਬਣਾ ਕੇ ਦਿੱਤੀ ਹੈ ਸੀਵਰੇਜ ਬੋਰਡ ਨੇ ਸਾਨੂੰ, ਉਹਦੇ ਮੁਤਾਬਕ ਕੰਮ ਕਰਵਾ ਕੇ ਇਹ ਮਸਲਾ ਹੱਲ ਹਮੇਸ਼ਾ ਲਈ ਹੋ ਜਾਏਗਾ। ਕਿੰਨਾ ਟਾਈਮ ਲੱਗੇਗਾ ਜੀ ਇਹਨੂੰ ਹੱਲ ਹੋਣ ਦੇ? ਇਹ ਸਰਕਾਰ 'ਤੇ ਮੁਨਸਰ ਹੈ ਜੀ, ਜਿੰਨੀ ਦੇਰ ਸਰਕਾਰ ਗ੍ਰਾਂਟ ਨਹੀਂ ਦਿੰਦੀ ਉਨੀ ਦੇਰ ਲੋਕਾਂ ਨੂੰ ਨਰਕ ਭੋਗਣਾ ਪੈਣਾ। ਪਰ ਇਹਦਾ ਜਿਹੜਾ ਟੈਂਪਰੇਰੀ ਇਲਾਜ ਹੈ ਇਹ ਮੈਂ ਅਫਸਰਾਂ ਨੂੰ ਆਦੇਸ਼ ਦਿੱਤੇ ਹੈ ਕਿ ਇਹਨੂੰ ਹੁਣੇ ਜਿਹੜਾ ਉਹਦੇ ਤੋਂ ਲੋਕਾਂ ਨੂੰ ਨਜਾਤ ਦਵਾਈ ਜਾਵੇ, ਉਹ ਕਿਸੇ ਵੀ ਤਰ੍ਹਾਂ ਕਰਨਾ ਪਵੇ ਇਹਨੂੰ ਠੀਕ ਕਰਾ ਦੇਣ। ਜਦ ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਭਜਨ ਚੰਦ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੰਨਿਆ ਕਿ ਲੋਕਾਂ ਦੀ ਇਹ ਸਮੱਸਿਆ ਬਿਲਕੁਲ ਜਾਇਜ਼ ਹੈ। ਉਹਨਾਂ ਦਾ ਕਹਿਣਾ ਸੀ ਕਿ ਇਸ ਸਮੱਸਿਆ ਦੇ ਹੱਲ ਦੇ ਲਈ ਉਹਨਾਂ ਨੇ ਕੰਮ ਸ਼ੁਰੂ ਕਰਵਾ ਦਿੱਤਾ ਹੈ। ਮਸਲਾ ਇਹਨਾਂ ਦਾ ਜਿਹੜਾ ਰੈਜੀਡੈਂਟ ਦਾ ਹੈਗਾ ਪਬਲਿਕ ਦਾ, ਇਹ ਜਿਹੜੀ ਪ੍ਰੋਬਲਮ ਇਹਦੀ ਜੈਨੂਨ ਪ੍ਰੋਬਲਮ ਆ ਬਿਲਕੁਲ, ਕਿਉਂਕਿ ਇਹਦੇ ਵਿੱਚ ਹੁਣ ਜਿਹੜੀ ਅਸੀਂ ਮੌਕੇ ਦੇ ਉੱਤੇ ਅੱਜ ਆਪਣੇ SDO ਸੀਵਰੇਜ ਬੋਰਡ, ਉਹਨਾਂ ਦੇ JEE, ਮੇਰਾ AME, ਮੇਰਾ JEE ਸਾਰੇ ਮੌਕੇ 'ਤੇ ਮੌਜੂਦ ਨੇ।
ਮੇਰੇ ਪਹੁੰਚਣ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਪ੍ਰੋਬਲਮ ਦੇਖੀ ਹੈ, ਡਾਇਗਨੋਸ ਕੀਤੀ ਹੈ SDO ਸੀਵਰੇਜ ਬੋਰਡ ਵੱਲੋਂ, ਉਹਨਾਂ ਨੇ ਜਿਹੜੀ ਮੇਨ ਹਵੇਲੀ ਦੀ ਸੜਕ ਆ ਰਹੀ ਹੈ ਉਹਦੇ 3-4 ਪੁਆਇੰਟ ਉਹਨਾਂ ਨੇ ਦੇਖੇ ਨੇ, ਉਹਦੇ ਵਿੱਚ ਮੈਨੂੰ ਪਬਲਿਕ ਨੇ ਵੀ ਦੱਸਿਆ, ਕਿਉਂਕਿ ਮੈਂ ਖੁਦ ਇਹਨਾਂ ਦੀ ਪ੍ਰੋਬਲਮ ਤੋਂ ਵਾਕਫ ਹੈ। 3-4 ਵਾਰ ਮੌਕੇ 'ਤੇ ਆ ਚੁੱਕਿਆ, ਮੈਂ ਆਪਣੀ ਟੈਕਨੀਕਲ ਟੀਮ ਨੂੰ ਬਕਾਇਦਾ ਇੰਸਟਰਕਸ਼ਨ ਦਿੱਤੀ ਹੈ, ਰੈਜੀਡੈਂਟ ਵੀ ਤੁਹਾਨੂੰ ਦੱਸ ਸਕਦੇ, ਬਟ ਉਹ ਅੱਜ ਮੈਂ ਵੀ ਸੁਣ ਕੇ ਹੈਰਾਨ ਹੋ ਗਿਆ ਵੀ ਜਿਹੜੀ ਮੈਂ ਮੌਕੇ 'ਤੇ ਇਹਨਾਂ ਨੂੰ ਕਹਿ ਕੇ ਗਿਆ ਸੀ ਉਹ ਸੋਲਵ ਨਹੀਂ ਹੋਈ, ਇਹਨਾਂ ਨੇ ਸੋਲਵ ਨਹੀਂ ਕੀਤੀ। ਇਹਨਾਂ ਦੀ ਜਗ੍ਹਾ ਅਗਰ ਹੋਰ ਸਾਡਾ ਅਫਸਰ ਵੀ ਇੱਥੇ ਦੇਖੇ ਤਾਂ ਪ੍ਰੋਬਲਮ ਇਹਨਾਂ ਦੀ ਬਿਲਕੁਲ 100% ਜੈਨੂਅਨ ਹੈ। ਔਰ ਮੈਂ ਅੱਜ ਮੌਕੇ ਦੇ ਉੱਤੇ ਸਾਰੀ ਸਾਡੀ ਟੀਮ ਮੌਜੂਦ ਹੈ, ਸਾਡੇ SDO ਸੀਵਰੇਜ ਬੋਰਡ ਨੇ ਮੇਰੀ ਟੀਮ ਨੂੰ ਇਹ ਸਾਰੀ ਪ੍ਰੋਬਲਮ ਬਾਰੇ ਦੱਸ ਦਿੱਤਾ ਵੀ ਇਹਨੂੰ 3-4 ਪੁਆਇੰਟਾਂ 'ਤੇ ਤੁਸੀਂ ਚੈੱਕ ਕਰੋ, 3-4 ਪੁਆਇੰਟਾਂ 'ਤੇ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਪ੍ਰੋਬਲਮ ਪਤਾ ਲੱਗ ਜਾਊਗੀ। ਪਬਲਿਕ ਕਿਹੜੇ ਟੈਕਸ ਪਲੇ ਕਰਦੀ ਕਮੇਟੀ ਨੂੰ? ਨਹੀਂ, ਪਬਲਿਕ ਦਾ ਕੋਈ ਹਾਊਸ ਟੈਕਸ ਹੈਗਾ ਅਤੇ ਜਿਹੜਾ ਪਾਣੀ ਸੀਵਰੇਜ ਹੈ ਉਹਦਾ ਜੈਨੂਅਨ ਹੈ, ਕਿਉਂਕਿ ਉਹਦਾ ਯੂਜਰ ਚਾਰਜਸ ਹੈ, ਉਹ ਟੈਕਸ ਨਹੀਂ ਹੁੰਦਾ, ਕਿਉਂਕਿ ਉਹ ਸਰਕਾਰ ਲੈਵਲ 'ਤੇ ਕੋਈ ਟੈਕਸ ਮਾਫ਼ ਕਰਨਾ ਜਾਂ ਨਹੀਂ ਕਰਨਾ, ਕਿਸੇ ਕੰਮ ਦੇ ਦੇਰੀ ਹੋਣ ਕਾਰਨ ਇਹ ਚੀਜ਼ ਨਹੀਂ ਕੀਤੀ ਜਾਂਦੀ। ਜ਼ਿਕਰਯੋਗ ਹੈ ਕਿ ਜਦ ਪੰਜਾਬ 'ਚ ਸਵੱਛ ਸਿਟੀ ਲਈ 3 ਸਥਾਨ ਪ੍ਰਾਪਤ ਕਰਨ ਵਾਲੀ ਨਗਰ ਕੌਂਸਲ ਦੇ ਸ਼ਹਿਰ ਦਾ ਇਹ ਹਾਲ ਹੈ ਤੇ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਪਿੰਡਾਂ ਦਾ ਕੀ ਹਾਲ ਹੋਵੇਗਾ? ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਰਕਾਰ ਦੇ ਨਗਰ ਕੌਂਸਲ ਜਨਤਾ ਤੋਂ ਸਹੂਲਤਾਂ ਦੇਣ ਦੇ ਨਾਮ 'ਤੇ ਲੱਖਾਂ ਰੁਪਇਆਂ ਦੇ ਟੈਕਸ ਤਾਂ ਵਸੂਲ ਕਰ ਰਹੀਆਂ ਨੇ, ਪਰ ਸਹੂਲਤਾਂ ਕਿਤੇ ਨੇੜੇ ਤੇੜੇ ਵੀ ਨਜ਼ਰ ਨਹੀਂ ਆ ਰਹੀਆਂ। ਰੂਪਨਗਰ ਤੋਂ ਸੱਜਣ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।